ਅਸਲਾਮੁਆਲਿਕਮ ਕੀ ਹਾਲ ਹੈ ਜੀ ਤੁਹਾਡਾ ਉਮੀਦ ਹੈ ਠੀਕ ਹੋਣਿਆ ਅੱਜ ਦੀ ਵੀਡੀਓ ਇੱਕ ਐਸੀ ਸਟੋਰੀ ਆ ਕਿ ਜਿਹੜੀ ਸੁਣਨੇ ਤੋਂ ਬਾਅਦ ਮੇਰਾ ਖਿਆਲ ਆ ਕਿ ਜਿੰਨੀਆਂ ਵੀ ਐ ਬੱਚੀਆਂ ਧੀਆਂ ਪੈਣਾ ਟਿਕਟੌਕ ਤੇ ਵੀਡੀਓ ਬਣਾ ਰਹੀਆਂ ਇਹ ਕੁਛ ਨਾ ਕੁਛ ਆਪਣੇ ਆਪ ਨੂੰ ਸਿਕਿਉਰ ਜ਼ਰੂਰ ਕਰਨੀਆਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸੁਣਨੇ ਤੋਂ ਬਾਅਦ ਇਸ ਤੋਂ ਸਬਕ ਜ਼ਰੂਰ ਹਾਸਲ ਕਰਨਾ ਇਹ ਨਾ ਹੋਵੇ ਕਿ ਮੇਰਾ ਬੋਲਿਆ ਬਕਾਰ ਜਾਵੇ ਤੇ ਤੁਸੀਂ ਫਿਰ ਉਸੇ ਰੋਲੇ ਦੇ ਵਿੱਚ ਫਸੇ ਰਹੋ ਅੱਜ ਦੀ ਵੀਡੀਓ ਇੱਕ ਐਸੀ ਗੁਮਨਾਮ ਲੜਕੀ ਦੀ ਹੈ ਜਿਹਦਾ ਨਾਮ ਮੈਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਲਾਉ ਤੇ ਕਈ ਨਾ ਕੋਈ ਨਾ ਕੋਈ ਉਹਦੇ ਤੱਕ ਪਹੁੰਚ ਜਾਂਦਾ ਉਹ ਲੜਕੀ ਇੱਕ ਗਾਉਂ ਚ ਰਹਿੰਦੀ ਸੀ ਤੇ ਉਹਦਾ ਵਾਲਦ ਜਿਹੜਾ ਸੀ ਉਹ ਫੌਤ ਹੋ ਗਿਆ ਸੀ ਉਹਦੀ والدہ ਸੀਗੀ والدہ ਦੇ ਨਾਲ ਹੀ ਰਹਿੰਦੀ ਸੀ ਦੋ ਤਿੰਨ ਭੈਣਾਂ ਸੀ ਭਰਾ ਸੀਗਾ ਹੁਣ ਉਹਦੀ والدہ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀ ਸੀ ਇਹ ਕੁੜੀ ਨੇ ਮਿਡਲ ਦੀ تعلیم ਹਾਸਲ ਕੀਤੀ ਮਿਡਲ ਕਰਨੇ ਤੋਂ ਬਾਅਦ ਮਾਮਲਾ ਤਾਂ ਐਸੇ ਸੀ ਕਿ ਅੱਗੇ ਨਹੀਂ ਪੜ ਸਕੀ ਹੁਣ ਘਰ 'ਚ ਹੀ ਰਹਿੰਦੀ ਸੀਗੀ ਤੇ ਇੱਕ ਮੋਬਾਈਲ ਦੇ ਉੱਤੇ ਤੁਹਾਨੂੰ ਪਤਾ ਟਿਕਟੌਕ ਤੇ ਆਮ ਚੱਲਦੀ ਆ ਹੁਣ ਟਿਕਟੌਕ ਦੀ ਜਿਹੜੀ ਦੁਨੀਆ ਨਾ ਇਹ ਹੋਰ ਹੀ ਕੁਛ ਚੀਜ਼ ਹੈ ਇਹ ਵੀਡੀਓ ਜਿਹੜੀ ਤੁਸੀਂ ਵੇਖ ਰਹੇ ਹੋ ਇਹਦੇ ਕਲਰ ਕੁਛ ਹੋਰ ਆ ਜਦੋਂ ਮੈਂ ਇਹਨੂੰ ਟਿਕਟੌਕ ਤੇ ਬਣਾਵਾਗਾ ਤੇ ਇਹਦੇ ਕਲਰ ਤੇ ਇਹਦੇ ਮਤਲਬ ਹਰ ਸ਼ੈਅ ਵੇਦੀ ਨਿਕਲ ਕੇ ਆਂਦੀ ਆ ਕਿ ਵੇਖਣ ਵਾਲਾ ਬੰਦਾ ਬੜਾ ਪਰੇਸ਼ਾਨ ਹੋ ਜਾਂਦਾ ਕਿ ਯਾਰ ਇਹ ਉਹੀ ਬੰਦਾ ਉਹਦੀਆਂ ਵੀਡੀਓ ਜਦੋਂ ਮੈਂ ਵੇਖੀਆਂ ਤਾਂ ਮੈਂ ਬੜਾ ਹੈਰਾਨ ਹੋਇਆ ਕਿ ਇਹ ਉਹੀ ਕੁੜੀ ਆ ਬੜੇ ਉਹਦੀਆਂ ਆਦਾਵਾਂ ਤੇ ਟਿਕਟੌਕ ਦੀ ਦੁਨੀਆ ਹੀ ਵੱਖਰੀ ਹੈ ਹੁਣ ਉਹਨੇ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਜਦੋਂ ਵੀਡੀਓ ਬਣਾਉਂਦੀ ਸੀ ਜਿਹੜੇ ਲੋਗ ਉਹ ਵੀਡੀਓ ਵੇਖਦੇ ਸੀ ਉਹਨੂੰ ਪਸੰਦ ਕਰਦੇ ਸੀ ਉਹਨੂੰ ਪਜ਼ੀਰਾ ਹੀ ਮਿਲਦੀ ਸੀ ਤੇ ਉਹਦੇ ਫਾਲੋਅਰ ਵਧਣੇ ਸ਼ੁਰੂ ਹੋ ਗਏ ਜਦੋਂ ਫਾਲੋਅਰ ਵਧਣੇ ਸ਼ੁਰੂ ਹੋਏ ਤੇ ਉਹਨੇ ਆਪਣੀ ਮਾਂ ਕੋਲੋਂ ਜ਼ਿੱਦ ਕੀਤੀ ਕਿ ਅਮੀ ਮੈਨੂੰ ਇੱਥੇ ਥੋੜਾ ਜਿਹਾ ਮਸਲਾ ਹੁੰਦਾ ਵੀਡੀਓ ਬਣਾਉਣ 'ਚ ਪਿੰਡ ਆ ਲੋਕ ਵੀ ਪਸੰਦ ਨਹੀਂ ਕਰਦੇ ਤੇ ਮੇਰੀ ਫੁੱਫੋ ਜਿਹੜੀ ਸ਼ਹਿਰ ਰਹਿੰਦੀ ਆ ਮੈਂ ਫੁੱਫੋ ਦੇ ਘਰ ਜਾਣਾ ਕੁਝ ਟਾਈਮ ਉੱਥੇ ਗੁਜ਼ਾਰ ਕੇ ਆਣਾ ਮਾਂ ਭੇਜ ਦਿੰਦੀ ਆ ਫੁੱਫੋ ਨਾਲ ਉਹਦੀ ਗੱਲ ਹੋਈ ਹੁੰਦੀ ਪਹਿਲੇ ਹੀ ਫੁੱਫੋ ਮੈਂ ਆਣਾ ਤੇ ਫੁੱਫੋ ਕਹਿੰਦੀ ਠੀਕ ਆ ਚਲੋ ਆਉਗੀ 4 ਦਿਨ ਭਾਂਡੇ ਵੀ ਤੋਗੀ ਚਲੋ ਕੁੜੀ ਜਾਂਦੀ ਆ ਉੱਥੇ ਜਾ ਕੇ ਘਰ ਦੇ ਕੰਮ-ਸ਼ਾਮ ਕਰਕੇ ਜਦੋਂ ਵਿਹਲੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਟਿਕਟੋਕ ਆ ਬਣਾਉਂਦੀ ਆ ਉਹਨੂੰ ਉੱਥੇ ਹੋਰ ਜ਼ਿਆਦਾ ਮੌਕੇ ਲੱਭਦੇ ਆ ਉਹਦਾ ਇੱਕ ਕਜ਼ਨ ਵੀ ਹੁੰਦਾ ਜਿਹੜੀ ਉਹਦੀ ਜਿਹੜਾ ਉਹਦੀਆਂ ਵੀਡੀਓ-ਸ਼ੀਡੀਓ ਬਣਾਉਂਦਾ ਰਹਿੰਦਾ ਤੇ ਹੋਰ ਜ਼ਿਆਦਾ ਵਾਇਰਲ ਹੋਣ ਲੱਪੈਂਦੀ ਆ ਇਸ ਤਰ੍ਹਾਂ ਕਰਦਿਆਂ-ਕਰਦਿਆਂ ਉਹਦੇ ਮਾਮਲੇ ਜਿਹੜੇ ਨਾ ਅੱਗੇ ਵਧਣ ਲੱਪੇ ਲੋਕਾਂ ਦੇ ਨਾਲ ਲਿੰਕ ਹੋਣ ਲੱਪੇ ਟਿਕਟੋਕ ਦੇ ਇਨਬਾਕਸ 'ਚ ਮੈਸੇਜ ਆਣੇ ਤੇ ਲੋਕਾਂ ਨੇ ਆਪਣੇ ਨੰਬਰ ਦੇਣੇ ਕਿਸੇ ਨੇ ਨੰਬਰ ਮੰਗਣਾ ਕਿਸੇ ਨੇ ਦੇਣਾ ਉਹਦੀ ਨਜ਼ਰ ਜੋ ਇੱਕ ਆਈਡੀ ਗੁਜ਼ਰੀ ਜਿਹੜੀ ਕਿ ਬਹੁਤ ਹੀ ਮਤਲਬ ਇਹ ਕਹ ਲਓ ਕਿ ਇਹੋ ਜੀ ਸੀਗੀ ਕਿ ਬਲਾਕਦਾ ਸੀ ਬੜਾ ਹੀ ਕੋਈ ਅਮੀਰ ਬੰਦਾ ਜਿਹਦੀ ਇਹ ਆਈਡੀ ਆ ਉਹਨੇ ਆਪਣਾ WhatsApp ਨੰਬਰ ਦਿੱਤਾ ਤੇ ਕੁੜੀ ਨੇ ਉਸ ਆਈਡੀ ਨੂੰ ਪੂਰਾ ਦੇਖਿਆ ਉਹਦੇ ਕੋਲੋਂ ਰਿਹਾ ਨਹੀਂ ਗਿਆ ਉਹਨੇ ਉਹਦੇ ਨਾਲ ਕੰਟੈਕਟ ਕੀਤਾ ਹੁਣ ਕੰਟੈਕਟ ਕਰਨ ਤੋਂ ਬਾਅਦ ਮਾਮਲਾ ਇਸ ਤਰ੍ਹਾਂ ਦੇ ਹੋਏ ਕਿ ਕੁਝ ਟਾਈਮ ਉਹਨਾਂ ਦੀ ਗੱਲਬਾਤ ਹੋਈ ਗੱਲਬਾਤ ਹੋ ਕੇ ਤੇ ਉਹ ਆਪਸ ਗੱਪਸ਼ਪ ਲਾਉਣ ਲੱਪੇ ਫਿਰ ਪਿਆਰ ਮੁਹੱਬਤ ਸ਼ੁਰੂ ਹੋ ਗਿਆ ਇਹੋ ਜੇ ਮਾਮਲਾਤ ਹੋ ਗਿਆ ਕਿ ਜਿੱਥੋਂ ਉਹ ਲੜਕੀ ਜਿਹੜੀ ਨਾ ਵਾਪਸ ਨਹੀਂ ਮੁੜ ਸਕਦੀ ਸੀ ਉਸ ਮੁੰਡੇ ਨੇ ਉਹਦੇ ਨਾਲ ਵਾਵਾ ਇਜ਼ਹਾਰ ਕੀਤਾ ਮੁਹੱਬਤ ਦਾ ਉਹ ਮੁੰਡਾ ਦੁਬਈ ਰਹਿੰਦਾ ਸੀਗਾ ਉਹਨੇ ਦੱਸਿਆ ਕਿ ਮੈਂ ਬੜਾ ਲੈਂਡਲੋਰਡ ਆ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਬਿਜ਼ਨਸ ਆ ਫਲਾਨਾ ਅੰਟਮ ਕਾ ਨਾਂ ਤੇ ਉਹ ਕੁੜੀ ਜਿਹੜੀ ਸੀ ਉਹ ਜਾਲ ਦੇ ਵਿੱਚ ਪੂਰੀ ਫਸ ਗਈ ਉਸ ਮੁੰਡੇ ਨੇ ਇੱਕ ਰਾਤ ਉਹਨੂੰ ਮੈਸੇਜ ਕੀਤਾ ਉਹਨੇ ਉਹਦੇ ਕੋਲੋਂ ਕੋਈ ਗਲਤ ਚੀਜ਼ਾਂ ਦੀ ਡਿਮਾਂਡ ਨਹੀਂ ਕੀਤੀ ਸੀ ਉਹਨੇ ਇੱਕ ਮੈਸੇਜ ਕੀਤਾ ਉਹਨੇ ਕਿਹਾ ਤੈਨੂੰ ਨਾਲ ਇੱਕ ਕੋਡ ਆਣਾ ਵਾ ਤੇ ਉਹ ਕੋਡ ਤੇਰੇ ਲਈ ਆ ਰਿਹਾ ਮੈਂ ਤੇਰੇ ਲਈ ਨਾਲ ਕਾਗਜ਼ਾਤ ਤਿਆਰ ਕਰ ਰਿਹਾ ਮੈਂ ਆਣਾ ਵਾਂ ਪਾਕਿਸਤਾਨ ਤੇ ਨਾਲ ਵਿਆਹ ਕਰਾਂਗਾ ਉਹ ਕੋਡ ਤੋਂ ਮੈਨੂੰ ਸੈਂਡ ਕਰ ਦੇ ਹੁਣ ਉਹ ਉਧਰੋਂ ਕੁਝ ਕਰਦਾ ਹੈ ਉਹ ਕੋਡ ਉਹਦੇ ਮੋਬਾਈਲ ਤੇ ਆਂਦਾ ਕੋਡ ਆਂਦਾ ਜਾਂ ਲਿੰਕ ਆਂਦਾ ਜਿੱਦਾਂ ਹੀ ਉਹ ਤੇ ਉਹਦੇ ਕਹਿਣ ਦੇ ਮੁਤਾਬਕ ਅਮਲ ਕਰਦੀ ਆ ਤੇ ਉਹ ਮੌਕੇ ਤੇ ਤਾਂ ਕੁਝ ਨਹੀਂ ਹੁੰਦਾ ਲੇਕਿਨ ਉਹ ਮੁੰਡਾ ਉਹਦਾ ਮੋਬਾਈਲ ਹੈਕ ਕਰ ਲੈਂਦਾ ਮਤਲਬ ਫੁਲ ਕੰਟਰੋਲ ਉਸ ਮੁੰਡੇ ਦਾ ਉਹਦੇ ਮੋਬਾਈਲ ਤੇ ਆ ਉਹਦੇ ਮੋਬਾਈਲ ਜੋਂ ਉਹਦੇ ਭੈਣਾ ਭਰਾਵਾਂ ਦੀਆਂ ਸਾਰੀਆਂ ਤਸਵੀਰਾਂ ਕੱਢ ਲੈਂਦਾ ਹੁਣ ਕੁਝ ਦਿਨ ਗੁਜ਼ਰੇ ਤੇ ਉਹ ਮੁੰਡੇ ਦਾ ਰਵਈਆ ਬਦਲ ਗਿਆ ਉਹ ਮੁੰਡਾ ਕਹਿੰਦਾ ਤੂੰ ਟਿਕਟੋਕ ਨਾ ਬਣਾਇਆ ਕਰ ਉਹ ਕਹਿੰਦੀ ਮੇਰਾ ਸ਼ੌਕ ਆ ਮੈਂ ਕਿਵੇਂ ਨਾ ਬਣਾਵਾ ਤੇ ਉਹ ਮੁੰਡਾ ਫਿਰ ਜੁਕਿਓ ਉਹਨੇ ਉਹਦੇ ਮੋਬਾਈਲ ਹੈਕ ਕੀਤਾ ਹੁਣ ਉਹਦੇ ਜਿਹੜੀਆਂ ਘਰ ਦੀਆਂ ਫੈਮਿਲੀ ਦੀਆਂ ਕੁਝ ਤਸਵੀਰਾਂ ਹੁੰਦੀਆਂ ਤਸਵੀਰਾਂ ਕੋਈ ਗਲਤ ਨਹੀਂ ਹੁੰਦੀਆਂ ਲੇਕਿਨ ਤਸਵੀਰਾਂ ਤੇ ਤਸਵੀਰਾਂ ਹੀ ਆ ਨਾ ਉਸ ਮੁੰਡੇ ਨੇ ਉਹ ਨੈਟ ਦੇ ਉੱਤੇ ਲਾ ਕੇ ਆਪਣੀ ਆਈਡੀ ਤੇ ਤੇ ਉਹਨਾਂ ਨੇ ਥੱਲੇ ਬੜੇ ਗਲਤ ਗਲਤ ਕਮੈਂਟ ਕਰਵਾਇਆ ਆਪਣੇ ਦੋਸਤਾਂ ਕੋਲੋਂ ਜਿਹਦੀ ਵਜ੍ਹਾ ਨਾਲ ਉਹ ਕੁੜੀ ਮਜਬੂਰ ਹੋ ਗਈ ਤੇ ਉਹਨੇ ਕਿਹਾ ਠੀਕ ਆ ਜੀ ਮੈਂ ਵਾਪਸ ਜਾਂਦੀ ਆ ਆਪਣੇ ਪਿੰਡ ਪਿੰਡ ਚਲੀ ਗਈ ਤੇ ਕੁਝ ਖਿਆਲات ਹੋਰ ਵੀ ਆਏ ਤੇ ਇੱਕ ਖਿਆਲ ਇਹ ਵੀ ਆਇਆ ਕਿ ਯਾਰ ਉਹ ਮੇਰੇ ਨਾਲ ਪਿਆਰ ਕਰਦਾ ਤਾਂ ਇਹਨਾਂ ਉਹ ਪੋゼਸਿਵ ਹੈ ਉਸ ਮੁੰਡੇ ਨੇ ਵੀ ਉੱਥੇ ਰਾਬਤਾ ਕੀਤਾ ਦੁਬਾਰਾ ਤੇ ਉਹਨੇ ਇਹੀ ਕਿਹਾ ਕਿ ਮੈਂ ਤੇਰੇ ਲਈ ਬੜਾ ਸੀਰੀਅਸ ਆ ਤੇ ਮੈਨੂੰ ਇਹ ਤੇਰੀਆਂ ਹਰਕਤਾਂ ਜਿਹੜੀਆਂ ਆਂ ਅਛੀਆਂ ਨਹੀਂ ਲੱਗ ਰਹੀਆਂ ਸੀਗੀਆਂ ਮੈਂ ਤੇ ਇਹਨਾਂ ਵਿਆਹ ਕਰਨਾ ਚਾਹੁੰਦਾ ਤੇ ਕੁਝ ਦਿਨ ਗੱਲ ਚੱਲਦੀ ਇਸੀ ਤਰੀਕੇ ਨਾਲ ਉਹਨੇ ਉਹਦੇ ਨਾਲ ਜਦੋਂ ਗੱਲ ਵਧੀਆ ਤੇ ਉਹਦੇ ਕੋਲੋਂ ਕੁਝ ਹੋਰ ਉਹਦੀਆਂ ਜ਼ਾਤੀ ਤਸਵੀਰਾਂ ਇਹੋ ਜੀ ਨੋਇਅਤ ਦੀਆਂ ਕਿ ਜਿਹੜੀਆਂ ਨਹੀਂ ਸ਼ੇਅਰ ਕਰਨੀਆਂ ਚਾਹੀਦੀਆਂ ਉਹ ਵੀ ਉਹਦੇ ਕੋਲੋਂ ਉਹਨੇ ਹਾਸਲ ਕਰ ਲਈਆਂ ਉਹ ਕੁੜੀ ਨੇ ਕਿਹਾ ਤਸਵੀਰਾਂ ਤੇ ਦੇ ਕੋ ਪਹਿਲੇ ਵੀ ਹੈਗੀਆਂ ਚਲੋ ਇਹ ਉਹ ਘਟਾ ਚਲੋ ਹੋਰ 2-4 ਭੇਜ ਦਿੰਦੀਆਂ ਲੇਕਿਨ ਜਿਹੜੀਆਂ 2-4 ਭੇਜੀਆਂ ਉਹ ਥੋੜੀਆਂ ਜਿਹੀਆਂ ਹੋਰ ਬਜਾੜਾ ਬੋਲਡ ਸੀਗੀਆਂ ਉਹ ਤਸਵੀਰਾਂ ਜਦੋਂ ਚਲੀਆਂ ਗਈਆਂ ਥੋੜੇ ਦਿਨ ਗੁਜ਼ਰੇ ਤੇ ਮੁੰਡੇ ਦੇ ਤੇਵਰ ਬਦਲਨੇ ਸ਼ੁਰੂ ਹੋ ਗਏ ਮੁੰਡਾ ਕਹਿੰਦਾ ਮੈਂ ਤੇਰੇ ਵਾਸਤੇ ਕਾਗਜ਼ਾ ਤਿਆਰ ਕਰਵਾ ਰਿਹਾ ਮੈਂ ਪਾਕਿਸਤਾਨੀ ਆ ਸਕਦਾ ਤੂੰ ਦੁਬਈ ਆਣਾ ਤੇ ਇੱਥੇ ਆਪਾਂ ਵਿਆਹ ਕਰ ਲਾਂਗੇ ਉਹ ਕੁੜੀ ਵਿਚਾਰੀ ਹੁਣ ਪਰੇਸ਼ਾਨ ਸੀਗੀ ਵੀ ਇਹ ਕੀ ਹੋਇਆ ਇਹਨੇ ਤਾਂ ਕਿਹਾ ਸੀ ਮੈਂ ਉੱਥੇ ਆਵਾਂਗਾ ਤਾਂ ਫਿਰ ਵਿਆਹ ਕਰਾਂਗੇ ਤੇ ਮੈਂ ਹੁਣ ਆਪਣੇ ਘਰ ਵਾਲਿਆਂ ਨੂੰ ਕੀ ਦੱਸਾਂ ਇਸੇ ਪਰੇਸ਼ਾਨੀ ਚ ਉਹਨੇ ਉਹਨੂੰ ਇਨਕਾਰ ਕੀਤਾ ਤੇ ਉਹ ਮੁੰਡੇ ਨੇ ਨਾ ਉਹਨੂੰ ਮੋਤਮईन ਕਰਨ ਲਈ ਇੱਕ ਲੜਕੀ ਨਾਲ ਗੱਲ ਕਰਵਾਈ ਉਹਨੇ ਕਿਹਾ ਜੀ ਇਹ ਮੇਰੀ ਭੈਣ ਆ ਇਹਦੇ ਨਾਲ ਗੱਲ ਕਰਾ ਉਹਦੇ ਨਾਲ ਕੁਝ ਦਿਨ ਉਹਦੀਆਂ ਗੱਲਾਂ ਹੋਈਆਂ ਗੱਲਾਂ ਹੋਣ ਤੋਂ ਬਾਅਦ ਜਦੋਂ ਉਹਨੇ ਇੱਕ ਦਿਨ ਅਚਾਨਕ ਕਹਿਤਾ ਕਿ ਮੈਂ ਪਾਰਲਰ ਤੇ ਕੰਮ ਕਰਦੀ ਆ ਮਤਲਬ ਮੈਂ ਪਾਰਲਰ ਚਲਾਉਣੀ ਆ ਉਹਦੇ ਦਿਮਾਗ 'ਚ ਹੋਰ ਗੱਲ ਖਟਗੀ ਕਿ ਇਹ ਮੁੰਡਾ ਤਾਂ ਕਹਿੰਦਾ ਅਸੀਂ ਬੜੇ ਲੈਂਡਲੋਰਡ ਆ ਅਸੀਂ ਪੈਸੇ ਵਾਲੇ ਆ ਤੇ ਇਹਦੀ ਭੈਣ ਪਾਰਲਰ ਕਿਉਂ ਚਲਾ ਰਹੀ ਆ ਉਹਨੇ ਜਦੋਂ ਉਹਨੂੰ ਖੰਗਾਲਿਆ ਤੇ ਵਿੱਚੋਂ ਇੱਕ ਦਿਨ ਉਹ ਕਹਿੰਦੀ ਕਿ ਅਸੀਂ ਪਾਰਲਰ ਤੇ ਨਾ ਹਲਕਾ ਫੁਲਕਾ ਮ사ਜ ਕਰੀਦਾ ਉਸ ਕੁੜੀ ਨੇ ਹੁਣ ਮ사ਜ ਦੇ ਬਾਰੇ ਸੁਣਿਆ ਸੀਗਾ ਕਿ ਮ사ਜ ਕੀ ਚੀਜ਼ ਆ ਕੀ ਕਿਹੜੀ ਚਿੜੀਆ ਦਾ ਨਾਂ ਆ ਕੁੜੀ ਨੇ ਮੁੰਡੇ ਨੂੰ ਨਾ ਕਰਤੀ ਉਹ ਮੁੰਡਾ ਕੁੜੀ ਨੂੰ ਕਹਿੰਦਾ ਵੀ ਤੇਰਾ ਮੇਰਾ ਹੁਣ ਨਕਾਹ ਹੋ ਗਿਆ ਤੂੰ ਮੇਰੀ ਬੇਗਮ ਆ ਇਹ ਹੁਣ ਪਤਾ ਨਹੀਂ ਕਿੱਥੋਂ ਉਹਨੇ ਕੀ ਡਾਕੂਮੈਂਟ ਤਿਆਰ ਕੀਤੇ ਸੀਗੇ ਉਹ ਕਹਿੰਦੀ ਇਹ ਕਿਵੇਂ ਹੋ ਗਿਆ ਮੇਰਾ ਤੇਰਾ ਨਕਾਹ ਕਿੱਥੇ ਹੋ ਗਿਆ ਕੰਮ ਚੱਲਦਾ ਗਿਆ ਤੇ ਇੱਕ ਦਿਨ ਕਹਿੰਦੀ ਅਸੀਂ ਸੁੱਤੇ ਸੀ ਰਾਤ ਦੇ ਟਾਈਮ ਪੁਲਿਸ ਆਈ ਆ ਸਾਡੇ ਘਰ ਤੇ ਮੈਨੂੰ ਲੈ ਕੇ ਜਾਣਾ ਸੀਗਾ ਮੇਰਾ ਭਾਈ ਸੀਗਾ ਭਾਈ ਕਹਿੰਦਾ ਵੀ ਤੁਸੀਂ ਮੇਰੀ ਭੈਣ ਨੂੰ ਛੱਡ ਦਿਓ ਮੈਨੂੰ ਲੈ ਜਾਓ ਉਹ ਮੇਰੇ ਭਾਈ ਨੂੰ ਲੈ ਕੇ ਉਹਨਾਂ ਨੇ ਬੜਾ ਮਾਰਿਆ ਕੁੱਟਿਆ ਉਸ ਮੁੰਡੇ ਦਾ ਮੈਸੇਜ ਆਇਆ ਕਿ ਹੁਣ ਜੇ ਤੂੰ ਮੇਰੇ ਕੋਲੋਂ ਜਾਨ ਛੁਡਾਣੀ ਹੈ ਨਾ ਤੇ 50 ਲੱਖ ਰੁਪਈਆ ਦੇ ਤਾਂ ਮੈਂ ਤੈਨੂੰ ਇਥੋਂ ਛੱਡ ਸਕਦਾ ਨਹੀਂ ਤੇ ਇਸੇ ਤਰ੍ਹਾਂ ਹੀ ਚੱਲੂ ਤੇ ਉਹ ਦੇਣਾ ਕਿ ਉਹ ਕੁੜੀ ਤੇ ਉਹਦੇ ਮਾਂ ਤੇ ਭਾਈ ਭੈਣਾ ਦਰਬਦਰ ਫਿਰ ਰਹੇ ਆ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਤੇ ਉਹ ਮੁੰਡਾ ਦੁਬਈ ਤੋਂ ਬੈਠਾ ਉਹਨਾਂ ਨੂੰ ਇਸ ਤਰ੍ਹਾਂ ਬਲੈਕਮੇਲ ਕਰਕੇ ਤੰਗ ਕਰ ਰਿਹਾ ਤੇ ਉਸ ਕੁੜੀ ਦੀ ਕਿਸਮਤ ਚੰਗੀ ਸੀ ਜਿਹੜੀ ਉਹ ਦੁਬਈ ਨਹੀਂ ਗਈ ਅਗਰ ਉਹ ਦੁਬਈ ਚਲ ਜਾਂਦੀ ਤੇ ਉੱਥੇ ਉਹਦੇ ਨਾਲ ਕੀ ਕੁਝ ਹੋਣਾ ਸੀਗਾ ਉਹ ਤੁਸੀਂ ਉਹ ਮ사ਜ ਸੈਂਟਰ ਵਾਲੀ ਗੱਲ ਦੇ ਉੱਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਮ사ਜ ਸੈਂਟਰਾਂ 'ਚ ਕੀ ਕੁਝ ਹੁੰਦਾ ਉਹ ਸਾਰਾ ਕੁਝ ਇਸ ਕੁੜੀ ਨੂੰ ਵੀ ਕਰਨਾ ਪੈਣਾ ਸੀ ਉਹ ਜਿਹੜੀ ਉਹਨੇ ਭੈਣ ਵਹਾਈ ਸੀ ਭੈਣ ਨਾਲ ਗੱਲ ਕਰਾਈ ਸੀ ਉਹ ਵੀ ਕੋਈ ਫਰਜ਼ੀ ਸੀਗੀ ਲੇਕਿਨ ਇਸ ਕੁੜੀ ਦੀ ਕਹਿਣਾ ਇਹ ਸੀਗਾ ਕਿ ਮੇਰੀ ਮਾਂ ਦੀਆਂ ਕੋਈ ਦਵਾਵਾਂ ਸੀਗੀਆਂ ਜਿਹੜੀਆਂ ਮੇਰੇ ਕੰਮ ਆ ਗਈਆਂ ਤੇ ਮੈਂ ਬਚ ਗਈਆਂ ਅੱਜ ਮੈਂ ਸਾਰੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਟਿਕਟੌਕ ਚ ਲਾਉਂਦੀਆਂ ਉਹ ਪਹਿਲੀ ਗੱਲ ਦੇ ਹੈ ਕਿ ਟਿਕਟੌਕ ਉੱਤੇ ਤੁਹਾਡੀ ਵੀਡੀਓ ਲਾਉਣ ਦਾ ਮਕਸਦ ਕੋਈ ਨਹੀਂ ਹਾਂ ਵੀਡੀਓ ਲਾਣੀਆਂ ਤੁਹਾਡੇ ਕੋਲ ਕੋਈ ਟੈਲੈਂਟ ਹੈ ਤੇ ਉਹ ਟੈਲੈਂਟ ਦੀ ਵੀਡੀਓ ਲਾਓ ਤੁਸੀਂ ਸਵੈਟਰ ਬੁਣ ਲੈਂਦੀਆਂ ਤੁਸੀਂ ਛਾਬੇ ਬੁਣ ਲੈਂਦੀਆਂ ਛਾਬੇ ਬਣਾ ਲੈਂਦੀਆਂ ਤੁਸੀਂ ਨਾਲੇ ਬੁਣ ਲੈਂਦੀਆਂ ਕੋਈ ਕੱਪੜੇ ਬਣਾ ਲੈਂਦੀਆਂ ਕਢਾਈ ਕਰ ਲੈਂਦੀਆਂ ਉਹ ਵੀਡੀਓ ਬਣਾ ਕੇ ਲਾਓ ਤਾਂ ਕਿ ਉਹ ਚੀਜ਼ਾਂ ਤੁਹਾਡੀਆਂ ਵੀਕੰਡ ਤੁਹਾਨੂੰ ਪੈਸੇ ਮਿਲਣ ਆ ਜਿਹੜਾ ਡਾਂਸ ਕਰਨਾ ਕਦੀ ਲੱਕ ਇਧਰ ਨੂੰ ਹਿਲਾ ਲਿਆ ਕਦੀ ਲੱਕ ਇਧਰ ਨੂੰ ਹਿਲਾ ਲਿਆ ਐਸ ਤਰ੍ਹਾਂ ਇਹ ਤੁਸੀਂ ਕੀ ਕੀ ਟੈਲੈਂਟ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਵਖਾਨੀਆਂ ਕੀ ਆ ਇੱਕ ਟਿਕਟੋਕ ਲਾਈਵ ਦੀ ਬਿਮਾਰੀ ਚੱਲੀ ਆ ਟਿਕਟੋਕ ਲਾਈਵ ਦੇ ਉੱਤੇ ਉਹ ਆ ਜਾਂਦੇ ਆ ਤੇ ਇਹੋ ਜੀਆਂ ਗੰਧੀਆਂ ਗੰਧੀਆਂ ਗੱਲਾਂ ਕਰਦੇ ਆ ਉਹ ਗੰਧੀਆਂ ਗੱਲਾਂ ਸੁਣਨ ਵਾਲੇ ਰਿਕਾਰਡ ਕਰਕੇ YouTube ਤੇ ਲਾਈ ਜਾਂਦੇ ਆ ਇਹ ਕੁੜੀਆਂ ਕੱਲ ਨੂੰ ਵਿਆਹ ਕਰਨੀਆਂ ਇਹਨਾਂ ਦੇ ਬੱਚਿਆਂ ਦੇ ਸਾਹਮਣੇ ਇਹਨਾਂ ਦੀਆਂ ਵੀਡੀਓ ਆ ਜਾਣਾ ਹੋ ਸਕਦਾ ਬੱਚੇ ਸਰਚ ਕਰਨ ਆਪਣੀ ਮਾਂ ਦੇ ਨਾਮ ਤੋਂ ਉਹ ਵੀਡੀਓ ਸਾਹਮਣੇ ਆ ਜਵੇਂ ਬੱਚੇ ਸੁਣਨ ਕਿ ਮਾਂ ਸਾਡੀ ਤੇ ਐ ਫਲਾਣੇ ਫਲਾਣੇ ਮਤਲਬ ਉਹ ਲਫ਼ਾਜ਼ ਹੀ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਟਿਕਟੌਕ ਲਾਈਵ ਦੇ ਉੱਤੇ ਚੱਲਦੇ ਆ ਤੇ ਉਹ ਬੱਚਿਆਂ ਦੇ ਤੇ ਕੀ ਜਾਏਗੀ ਉਹਨਾਂ ਦੇ ਡੁੱਬ ਮਰਨ ਦਾ ਮਕਾਮ ਹੋ ਜਾਣਾ ਅੱਜ ਇਹ ਆਪਣੇ ਮੁਸਤਕਬਿਲ ਵਾਸਤੇ ਕੀ ਜਮਾ ਕਰ ਰਹੀਆਂ ਉੱਥੇ ਇਹ ਕੁੜੀਆਂ ਟਿਕਟੌਕ ਦੇ ਨੈਟਵਰਕ ਤੇ ਜਾਣੋ ਹਟ ਜਾਣ ਨਾ ਲਾਈਵ ਤੋਂ ਤੇ ਇਹ ਜਿਹੜੇ ਲੁੰਡੇ ਲਪਾੜੇ ਜੇ ਬੈਠੇ ਆ ਨਾ ਲਾਈਵ ਦੇ ਉੱਤੇ ਸਾਰੇ ਵੇਲੇ ਹੋ ਕੇ ਨਾ ਮਜ਼ਦੂਰੀਆਂ ਕਰਨ ਲੱਪਣ ਕਿਸੇ ਨਾ ਕਿਸੇ ਪਾਸੇ ਇਹ ਕੁੜੀਆਂ ਦੇ ਚੱਕਰ 'ਚ ਉਹ ਬੈਠਿਆ ਤੇ ਉਹਨਾਂ ਦੇ ਚੱਕਰ ਦੋਨਾਂ ਦੀਆਂ ਗੱਪਾਂ ਲੱਗਦੀਆਂ ਤੇ ਦੂਸਰੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਸੈਟਿੰਗ ਕਰਦੇ ਆ ਨਾਲੇ ਵੀਡੀਓ ਰਿਕਾਰਡ ਕਰਕੇ ਤੇ YouTube ਤੇ ਲਾਈ ਜਾਂਦੇ ਆ ਯਾਰ ਕੋਈ ਕਰਨੇ ਵਾਲੀ ਗੱਲ ਕਰੋ ਐਵੇਂ ਤੁਸੀਂ ਦੁਨੀਆ ਨੂੰ ਪਾਗਲ ਬਣਾਈ ਜਾਂਦੇ ਆ ਇਹ ਕੁੜੀ ਦੀ ਜਿਹੜੀ ਸਟੋਰੀ ਸੀ ਇਹ ਤੋਂ ਹਿਬਰਤ ਹਾਸਲ ਕਰੋ ਤੇ ਆਪਣੇ ਮੁਸਤਕਬਲ ਨੂੰ ਬਿਹਤਰ ਕਰੋ ਤੇ ਸਿਕਿਉਰ ਕਰੋ ਇਹੀ ਕੁਝ ਕਵਾਂਗਾ ਹੋਰ ਕੁਝ ਨਹੀਂ ਜ਼ਿਆਦਾ ਅੱਲਾ ਹਾਫਿਜ਼